लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार, लोग जाने ही गीत है, लोग जाने ही गीत है, लोग जाने ही गीत है। वाहिगुरु जी का खालसा, वाहिगुरु जी की फतेह। अंग है 471। हुण तक 14 पौड़ियां संपूर्ण होईयां ने आसा दी वार दीआं। सलोक महला पहला, दया कपा संतोख सूत, जत गंढी सत वट, एह जनेऊ जी का है ता पांडे घत। ਸਲੋਕ ਮਹੱਲਾ ਪਹਿਲਾ। ਸਲੋਕ ਮਹੱਲਾ ਪਹਿਲਾ। ਦਇਆ ਕਪਾ ਸੰਤੋਖ ਸੂਤ, ਦਇਆ ਕਪਾ ਸੰਤੋਖ ਸੂਤ, ਜਤ ਗੰਢੀ ਸਤ ਵਟ, ਜਤ ਗੰਢੀ ਸਤ ਵਟ, ਇਹੋ ਜਨੇਊ ਜੀ ਕਾ, ਇਹ ਜਨੇਊ ਜੀ ਕਾ, ਹਈ ਤਾਂ ਪਾਂਡੇ ਘਤ। ਸਲੋਕ ਮਹੱਲਾ ਪਹਿਲਾ। ਦਇਆ ਕਪਾ ਸੰਤੋਖ ਸੂਤ, ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਘਤ। 9 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਪਾਤਸ਼ਾਹ ਨੂੰ ਜਨੇਊ ਪਾਉਣ ਦੀ ਰਸਮ ਕਰਨੀ ਸੀ। ਹੁਣ ਪੰਡਿਤ ਜੀ ਉਹਨਾਂ ਦੇ ਘਰ ਆਉਂਦੇ ਸਨ, ਘਰ ਦੇ ਵਿੱਚ ਵਿਚਾਰਾਂ ਹੁੰਦੀਆਂ ਸਨ ਕਿ ਕੀ ਕਰਨਾ ਹੈ, ਕਿਉਂਕਿ ਬਹੁਤ ਵੱਡਾ ਫੰਕਸ਼ਨ ਹੁੰਦਾ ਹੈ। ਅਤੇ ਮਹਾਰਾਜ ਚੁੱਪ ਰਹੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੇਂਹਦੇ ਰਹੇ ਉਹਨਾਂ ਨੂੰ, ਜੇ ਰੋਕਣਾ ਚਾਹੁੰਦਾ ਤਾਂ ਪਹਿਲਾਂ ਵੀ ਰੋਕ ਸਕਦੇ ਸੀ। ਜਦੋਂ ਸਾਰਾ ਕੋੜਵਾ ਇਕੱਠਾ ਹੋ ਗਿਆ, ਸਾਰਾ ਪਿੰਡ ਇਕੱਠਾ ਹੋ ਗਿਆ, ਸਾਰੇ ਲੋਕ ਇਕੱਠੇ ਹੋ ਗਏ, ਮਹਾਰਾਜ ਨੂੰ ਚੌਂਕੀ 'ਤੇ ਬਿਠਾ ਲਿਆ। ਚੌਂਕੀ 'ਤੇ ਬਿਠਾ ਕੇ ਜਦੋਂ ਬ੍ਰਾਹਮਣ ਨੇ ਜਨੇਊ ਪਾਉਣ ਲੱਗਾ ਤਾਂ ਮਹਾਰਾਜ ਨੇ ਉਦੋਂ ਰੋਕ ਦਿੱਤਾ। ਗੁਰੂ ਨਾਨਕ ਪਾਤਸ਼ਾਹ ਨੇ ਪੰਡਿਤ ਨੂੰ ਉਦੋਂ ਰੋਕ ਦਿੱਤਾ ਕਿ ਪੰਡਿਤ ਜੀ, ਮੇਰੀ ਭੈਣ ਮੇਰੇ ਤੋਂ 5 ਸਾਲ ਵੱਡੀ ਹੈ, ਇਹ ਜਨੇਊ ਤੁਸੀਂ ਉਹਨੂੰ ਕਿਉਂ ਨਹੀਂ ਪਾਇਆ? ਜਦੋਂ ਸਾਖੀ ਪੜ੍ਹਦੇ ਹਾਂ ਨਾ, ਉਦੋਂ ਪਤਾ ਲੱਗਦਾ ਕਿ ਮਹਾਰਾਜ ਕਹਿੰਦੇ ਉਹਨੂੰ ਕਿਉਂ ਨਹੀਂ ਪਾਇਆ, ਇਹ ਸਾਡੇ ਸਮਝਣ ਵਾਲੀ ਗੱਲ। ਤਾਂ ਪੰਡਿਤ ਜੀ ਨੇ ਕਿਹਾ ਕਿ ਔਰਤ ਜਨੇਊ ਨਹੀਂ ਪਾ ਸਕਦੀ। ਤਾਂ ਮਹਾਰਾਜ ਨੇ ਉਸੇ ਵੇਲੇ ਹੀ ਇਹ ਗੱਲ ਕਹੀ, ਜਿਹੜਾ ਕੰਮ ਮੇਰੀ ਭੈਣ ਨਹੀਂ ਕਰ ਸਕਦੀ ਮੈਂ ਵੀ ਨਹੀਂ ਕਰ ਸਕਦਾ। ਜੇ ਉਹ ਕਰਮ ਮੇਰੀ ਭੈਣ ਨਹੀਂ ਕਰ ਸਕਦੀ, ਪਰਮਾਤਮਾ ਨਾਮ ਨਹੀਂ ਲੈ ਸਕਦੀ, ਇਹ ਜਨੇ ਉਹ ਨਹੀਂ ਉਹਦੇ ਨਹੀਂ ਪੈ ਸਕਦਾ, ਤਾਂ ਮੇਰੇ ਵੀ ਨਹੀਂ ਪੈ ਸਕਦਾ, ਪਹਿਲੀ ਗੱਲ। ਅਤੇ ਦੂਜੀ ਗੱਲ ਮਹਾਰਾਜ ਨੇ ਕੀਤੀ, ਫਿਰ ਜਨੇਊ ਕਿਹੜਾ ਪਾਉਂਦੇ ਹੋ ਤੁਸੀਂ, ਜਨੇਊ ਦੀ ਡੈਫੀਨੇਸ਼ਨ ਕੀ ਹੈ? ਤਾਂ ਪੰਡਿਤ ਜੀ ਕੋਲ ਕੋਈ ਜਵਾਬ ਨਹੀਂ ਸੀ, ਅਤੇ ਮਹਾਰਾਜ ਨੇ ਜਵਾਬ ਦਿੱਤਾ ਉਹਨੂੰ ਫਿਰ ਇੱਥੇ ਬਿਠਾ ਕੇ ਲੋਕਾਂ ਦੇ ਸਾਹਮਣੇ, ਕਿਉਂਕਿ ਲੋਕੇ ਕਰਨਾ ਇਕੱਲਿਆਂ ਕਹਿ ਦੇਣਾ ਤਾਂ ਲੋਕਾਂ ਨੇ ਕਹਿਣਾ ਸੀ ਪਤਾ ਨਹੀਂ ਕੀ ਗੱਲ ਹੋ ਗਈ, ਅਤੇ ਲੋਕਾਂ ਨੇ ਸਾਹਮਣੇ ਮਾਰੇ ਨੇ ਕਈ ਗੱਲ ਕਹੀ ਕਿ ਦਇਆ ਕਪਾ ਸੰਤੋਖ ਸੂਤ, ਮਨ ਸੰਤੋਖੀ ਹੋਵੇ, ਅੰਦਰ ਦਇਆ ਹੋਵੇ, ਦਇਆ ਰੂਪੀ ਕਪਾਹ ਸੰਤੋਖ ਦਾ ਸੂਤ, ਜਤ ਗੰਢੀ ਸਤ ਵਟ, ਉੱਚਾ ਸੁੱਚਾ ਜੀਵਨ ਦੀਆਂ ਗੰਢਾਂ, ਅਤੇ ਸਤ ਸੱਚਾਈ ਅਤੇ ਦ੍ਰਿੜਤਾ ਵਾਲਾ ਜੀਵਨ, ਇਹ ਵਟ ਚੜ੍ਹੇ ਹੋਣ, ਇਹ ਜਨੇਊ ਜੀ ਕਾ, ਇਹ ਜੀਵ ਆਤਮਾ ਦਾ ਜਨੇਊ ਹੈ। ਜੇ ਇਹਦੇ ਕੋਲ ਹੈਗਾ ਤਾਂ ਪੰਡਿਤ ਜੀ ਦਿਓ ਘੱਤ, ਦਿਓ ਇਹ ਉੱਧਰ ਦੀ ਬੋਲੀ ਪਾਕਿਸਤਾਨ ਦੀ, ਘੱਤ ਇਹਨੇ ਲਿਆ। ਫਿਰ ਜੇ ਤੇਰੇ ਕੋਲ ਇਹ ਜਨੇਊ ਹੈਗਾ, ਇਹ ਸਰੀਰ ਦਾ ਜਨੇਊ ਨਹੀਂ, ਜਿਹੜਾ ਮੈਂ ਪਾਇਆ ਜਨੇਊ ਉਹ ਆਤਮਾ ਦਾ ਹੈ, ਜੀਵ ਦਾ ਜਨੇਊ ਹੈ, ਜੀਵ ਦਾ ਸਾਡੇ ਦਾ, ਇਹ ਜਨੇਊ ਜੀਓ ਕਾ, ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ, ਜੇ ਤੇਰੇ ਕੋਲ ਹੈਗਾ ਤਾਂ ਮੈਨੂੰ ਦੇ। ਹਾਂਜੀ, ਨਾ ਇਹ ਟੁੱਟੈ ਨਾ ਮਲ ਲੱਗੈ, ਨਾ ਇਹ ਟੁੱਟੈ ਨਾ ਮਲ ਲੱਗੈ, ਨਾ ਇਹ ਜਲੈ ਨਾ ਜਾਏ, ਨਾ ਇਹ ਜਲੈ ਨਾ ਜਾਏ,
मानस नानका जो गल चले पाए ना ए टुटे ना मन लगे ना ए जले ना जाए। गुरु नानक पातशाह महाराज कहते पंडित जी ये जड़ा जनेऊ है ना तुहाडे नाल मैं गल कर रहा ना तो यह टुटदा है क्योंकि तुहाडा पाए तो टुट जाएगा ना इनू मैल लगती है क्योंकि जो तुसी जनेऊ सानू पाउणा है इह तां मैला हो जाएगा थोड़े समय बाद ना ये जले ना जाए ना इनू अग जाल सकती है ना ये जाएगा। धन सो मानस नानका जो गल चले पाए जिन्हां ने दया संतोख जात से सत अपने अंदर गुण पैदा किए ने महाराज ने जिन्होंने इस तरह का जनेऊ पाया ना अपने गल च इस आत्मा दे वो मनुख धनता दे योग ने सत्कार योग ने धन सो मानस नानका जो गल चले पाए जिन्होंने इस तरह के गल विच पाया जनेऊ वो धनता दे योग ने मनुख। हांजी चौकड़ मुल अनाया वह चौके पाया सिखा कान चढ़ाइया गुर ब्राह्मण थिया चौकड़ मुल अनाया बै चौके पाया कहिंदा तुहाडा जनेऊ है उते चार कौडियां दा आ जांदा है। चौकड़ मुल मुल लै आंदा तुसी चौकड़ मुल अनाया बै चौके पाया कहिंदे चौंके च बिठा के चौंकी उते पा दिता सिखा कन्न चढ़ाइयां गुर ब्राह्मण थिया ते आपणिया सिखा नूं बुला के अपने सेवकां नूं उहनां नूं कन्न विच तुसीं फूक मार दिंदे हो ते आप फिर गुरु हुण ब्राह्मण हो गया जी अज तों बाद गुरु ब्राह्मण हो गया। जिहड़ा कन्न च फूक मारन वाली व्यवस्था उदों ही चलदी अज भी डेरियां च इह गल चलदी है कि असीं नाम लै आए हां जी दसणा नहीं कन्नी मुट्टी कुर तूं मेरा चेला ते मैं तेरा गुर बस इदों गाह नहीं जे पुछी वी की कहिणा दसणा नहीं कहिंदे दसणा नहीं उदों वी इही गल सी पंडित जी ने की दस्सिया कहिंदे दसणा नहीं दसणा। इह चीज़ां एक वहम भरम ऐसा पाया महाराज ने कढ़िया सानू इन्हां चीज़ां चों सिखा कन्न चढ़ाइया गुरब्राह्मण थिया ओ मुआ ओ झड़ पया वे तगा गया। महाराज ने गल की फिर फैसला दिता ओ मुआ जिन्हों तुसी गुरु मनी बैठे सी ब्राह्मण नूं ते मर गया। कबीर साहब बाणी च कहिंदे ने गल नूं सो गुर करो जे बहुर ना करना सो ध्यान धरो जे बहुर ना धरना ऐसे मरो जे बहुर ना मरना। महाराज ने सानू इत्थों ये गल समझ लेनी चाहिए सानू कि फिर गुरु कौन है गुरु तो शब्द है। मैं कहने वह मूआ वह झड़ पाया जिहड़ा जनेऊ पाया सी वह झड़ गया वे तगा गया ये जीव तो संसार तो फिर भाई बेतगा ही गया वो जनेऊ तो नाल गया ना वो अखीर तक ये गल सानू समझाउणी कीती महाराज ने कि आत्मक तौर पर गुणा नाल भरपूर होना सी ना कि बाहरले विखावियां नाल। हांजी महला पहला लख चोरियां लख जारियां लख कूड़ियां लख गाल लख ठगियां पहनामियां रात दिन सजी नाल महला पहला लख चोरियां लख जारियां लख कूड़ियां लख गाल लख ठगियां पहनामियां रात दिन सजी नाल। महाराज कहते एक नहीं लखां ही चोरियां यारियां भाव विचार कर्म मनुख मन करके भावें शरीर करके ना भी करे कहते मन करके करी जाता है। मन पता नहीं कितने किड़े किड़े खूह च गेड़े कढ आउंदा है ये जी दे नाल तुरियां आ रही ने तुरिया जाता भी पता नहीं की करता जाता मनुख सुता पिया भी पता नहीं की करता रहिंदा है जीव
लख ठगियां पहना मियां कने किन्नी ठगियां अपने जीवन में बंदा झूठ बोलता है। पहनामी होंगी है कि लुक के किए हुए पाप। रात दिन सजी नाल ये दिन रात इस जीव आत्मा के नाल नाल चल रहे हैं। देखो कि नाल ने हमेशा क्यों नाल ने, क्योंकि असी दुनिया तो भावें लुको लीए जो काम मैं किया, चाहे वह चंगा किया, चाहे माड़ा किया, चाहे कि भला किया, चाहे कि बुरा किया, चाहे मैं सोचे भी वह इंज करना है, चंगा करना है ज माड़ा करना है, वो तो मेरे नाल है, वो रहेगा नाल। क्या इस तरह ये जीव नाल किनिया ही ने, जो असं वोकैबलरी अपनी खोलते हैं वेखते हैं तो बड़ा कुछ पे अंदर हजे कि कुदरत ने बड़ा भला काम किया कि साडा ब्रेन जिहड़ा दिमाग जिहड़ा है वह कुछ समय बाद अपनी मैमरी वाश कर देंदा है, भुल जाने असीं चंगी गल है भुलना, जे कि सारिया चेते रहन तो बंदा पागल हो जाए। तो मैं कहने संसार लख ठोगियां चोरिया पहनामिया नाल चलियां आ रही ने। हाँ जी, तग कपाहो कत्तिया, तग कपाहो कत्तिया, ब्राह्मण बटे आए, ब्राह्मण बटे आए, कोहे बकरा रिन खाया, कोहे बकरा रिन खाया, सबको आख पाए, सबको आख पाए, तग कपाहो कत्तिया ब्राह्मण वटे आए। ये धागा जिहड़ा सूत्र पाउणा है जनेऊ कने कपाह दा, उहनूं वट के ब्राह्मण पा दिंदा है गल च, ते नाल की हुंदा कने कोहे बकरा रिन खाया सब को आखै पाए, ते उहदे जशन विच बकरा वढ़िया जांदा, वेहड़े विच बकरा वढ़िया जांदा, उह बकरा सब नूं फिर खवाया जांदा उत्थे बैठे, सब नूं कहिंदा तुसीं भी पाओ लिया, तुहाडे भी पा दिंदा, तुहाडा भी पुराणा हो गया, तुहाडा भी पुराणा हो गया, ते सब नूं पैसे लै लै के उह फिर जनेऊ पाई जांदा है। हांजी, ਹੋਏ ਪੁਰਾਣਾ ਸੁੱਟੀਐ, ਹੋਏ ਪੁਰਾਣਾ ਸੁੱਟੀਐ, ਭੀ ਫਿਰ ਪਾਈਐ ਹੋਰ, ਭੀ ਫਿਰ ਪਾਈਐ ਹੋਰ, ਨਾਨਕ ਤਗ ਨਾ ਟੁੱਟਈ, ਨਾਨਕ ਤਗ ਨਾ ਟੁੱਟਈ, ਜੇ ਤਗ ਹੋਵੇ ਜੋਰ, ਜੇ ਤਗ ਹੋਵੇ ਜੋਰ, होए पुराना सुटिया भी फिर पाइए होर, नानक तग ना टुटई जे तग होवै जोर। मारे कहिंदे भाई ये जो पुराना हो जाता फिर सुट दिंदे आ फिर नवा पाउने आ, जे तेरे इस तागे विच इस जनेऊ विच ताकत होंदी फिर टुटदा ही ना, वो किहड़ा जनेऊ जिहड़ा नहीं टुटदा वो परदासा ने पहली गल स्पष्ट इत्थों कीती है कि दया कपाह संतोख सूत जत गंढी सत वट, ये नहीं टुटेगा, ये जोर वाला है, ये करके तेरा पाया हुआ जनेऊ जिहड़ा है। महाराज कहिंदे भाई ये तो कर्मकांड है, होर कुछ भी नहीं विखावा, ये बारला ये तो दुबारा फिर पाउणा पएगा, ये तो फिर टुट जाएगा। हाँ जी, महला पहला, महला पहला, नाए मन्या पत उपजै, नाए मन्या पत उपजै, सालाही सच सूत, सालाही सच सूत, तरगे अंदर पाइए, तरगे अंदर पाइए, तग ना टूट सपूत, महला पहला। क्योंकि उपरली लाइन महाराज लिख के आए ने, नानक तग ना टुटे जे तग होवे जोर, वो किहड़ा तग है जिहड़ा कि टुटेगा नहीं, महाराज ने नाल ही डेफिनेशन सानू दित्ती, वो तो उत्तर भी नाल ही दिता है महाराज ने। महला पहला, ना ही मन्ने पत उपजै साला ही सच सूत, नाम नू मन्नन नाल, मन्ने दियां चार पौड़ियां जपजी साहब विच रोज़ पढ़दे हां, मन्ने की गत कही ना जाए, जे को कह पिछे पछताए, कागद कलम ना लिखन हार, मन्ने काबै करन विचार, ऐसा नाम निरंजन होए जे को मन जाणै मन कोए। मारे कहिंदे मन्नन नाल की होएगा, पत उपजै उस मालक दे दर ते तेरी पत उपजदी है, साला ही सच सूत
ਉਹਦੀ ਸਿਫਤ ਸਲਾਹ ਕਰਦੇ ਹਾਂ, ਤੈਨੂੰ ਸੱਚ ਦਾ ਸੂਤਰ ਮਿਲ ਜਾਏਗਾ, ਜਿਹਦਾ ਤੂੰ ਕੱਪੜਾ ਬਣਾ ਲਏਗਾ, ਜਿਹਦਾ ਤੂੰ ਤਾਗਾ ਪਾ ਲਏਗਾ, ਜਿਹਦੇ ਨਾਲ ਤੇਰੀ ਇੱਜ਼ਤ ਬਣੀ ਰਹੇਗੀ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹ ਹੀ ਪਾਤਸ਼ਾਹ, ਸਾਹ ਲਾ ਹੀ ਸੱਚ ਸੂਤ, ਦਰਗਹਿ ਅੰਦਰ ਪਾਈਐ ਤਗ ਨਾ ਟੁੱਟ ਸਪੂਤ। ਇਹ ਤਗ ਹੈ, ਇਹ ਤਗ ਹੈ ਜਿਹੜਾ ਦਰਗਾਹ ਵਿੱਚ ਪਾਇਆ ਜਾਂਦਾ ਉਸ ਮਾਲਕ ਦੇ ਦਰ 'ਤੇ। ਕਹਿੰਦੇ ਮਾਰੇ, ਕਹਿੰਦੇ ਨਾ ਇਹ ਟੁੱਟਦਾ, ਨਾਲੇ ਇਹ ਅਖੀਰ ਤੱਕ ਪਵਿੱਤਰ ਰਹੇਗਾ। ਪੂਤ ਦਾ ਮਤਲਬ ਪਵਿੱਤਰ। ਕਹਿੰਦੇ ਤਗ ਨਾ ਟੁੱਟਸ, ਇਹ ਟੁੱਟੇਗਾ ਨਹੀਂ ਤਗਾ। ਕਹਿੰਦੇ ਪੂਤ, ਇਹ ਪਵਿੱਤਰ ਤਗ ਹੈ, ਐਸਾ ਤਗ ਹੈ ਜਿਹੜੇ ਉਸ ਪਰਮਾਤਮਾ ਦੇ ਨਾਮ ਨੂੰ ਮੰਨਦੇ ਨੇ ਅਤੇ ਉਹਦੀ ਸਿਫਤ ਸਲਾਹ ਨਾਲ ਜੁੜੇ ਹੋਏ ਨੇ, ਉਹਨਾਂ ਨੇ ਪਾਇਆ ਤਗ ਹੈ। ਹਾਂਜੀ। ਮਹੱਲਾ ਪਹਿਲਾ। ਮਹੱਲਾ ਪਹਿਲਾ। ਤਗ ਨਾ ਇੰਦਰੀ ਤਗ ਨਾ ਨਾਰੀ। ਤਗ ਨਾ ਇੰਦਰੀ ਤਗ ਨਾ ਨਾਰੀ। ਭਲ ਕੇ ਥੁੱਕ ਪਵੈ ਨਿਤ ਦਾੜੀ। ਭਲ ਕੇ ਥੁੱਕ ਪਵੈ ਨਿਤ ਦਾੜੀ। ਮਹੱਲਾ ਪਹਿਲਾ। ਹੁਣ ਮਹਾਰਾਜ ਸਰੀਰ ਨਾਲ ਸੰਬੰਧਿਤ ਜਿਹੜੇ ਕਰਮਕਾਂਡ ਨੇ ਉਹਨਾਂ ਦੀ ਗੱਲ ਕਰਦੇ ਨੇ। ਤਗ ਨਾ ਇੰਦਰੀ ਤਗ ਨਾ ਨਾਰੀ, ਭਲ ਕੇ ਥੁੱਕ ਪਵੈ ਨਿਤ ਦਾੜੀ। ਕਿਉਂਕਿ ਅਸੀਂ ਸਰੀਰਾਂ ਨਾਲ ਹੀ ਜੁੜੇ ਹੋਏ ਹਾਂ, ਅਸੀਂ ਸਰੀਰਕ ਤਲ 'ਤੇ ਹੀ ਜਿਉਂ ਰਹੇ ਹਾਂ, ਇਸਤਰੀ ਅਤੇ ਪੁਰਖ ਦੇ ਵਿੱਚ ਹੀ ਬਸ। ਮਹਾਰਾਜ ਕਹਿੰਦੇ ਜਿਹੜੇ ਇਸਤਰੀ ਪੁਰਖ ਨਾਲ ਜੁੜੇ ਹੋਏ ਨੇ ਉਹਨਾਂ ਦੀਆਂ ਇੰਦਰੀਆਂ ਨੂੰ ਕਾਬੂ ਕਿਵੇਂ ਕਰ ਲਏਗਾ? ਇਸ ਕਰਕੇ ਉਹ ਆਪਣੇ ਵਿਸ਼ਿਆਂ ਵਿੱਚ ਪਏ ਹੋਣ ਕਰਕੇ ਨਿੱਤ ਭਵੈ ਥੁੱਕ ਦਾੜੀ ਤੋਂ ਭਾਵ ਹੈ ਨਿੱਤ ਬੇਇੱਜ਼ਤ ਹੁੰਦੇ ਨੇ। ਦਾੜੀ 'ਤੇ ਥੁੱਕ ਪੈਣ ਦਾ ਮਤਲਬ ਹੁੰਦਾ, ਮੁਹਾਵਰਾ ਵਰਤਿਆ ਮਹਾਰਾਜ ਨੇ ਇੱਥੇ, ਕਿ ਉਹ ਆਪਣੀ ਬੇਇੱਜ਼ਤੀ ਦਾ ਸਹਿੰਦੇ ਨੇ। ਸੰਸਾਰ ਵਿੱਚ ਰੋਜ਼ ਵੇਖਦੇ ਹਾਂ ਆਪਾਂ, ਕਿੰਨੇ ਹੀ ਕਿੰਨੇ ਅਖਬਾਰਾਂ ਵਿੱਚ ਖਬਰਾਂ ਆਉਂਦੀਆਂ ਨੇ, ਕਿੰਨੇ ਹੀ ਕਿੰਨੇ ਟੀ ਵੀ ਉੱਤੇ ਆਉਂਦੀਆਂ ਨੇ, ਉਹ ਕਾਹਦੇ ਕਰਕੇ? ਸਿਰਫ ਇਸਤਰੀ ਪੁਰਖ ਦੇ ਸੰਬੰਧਾਂ ਤੱਕ ਸੀਮਿਤ। ਮਹਾਰਾਜ ਕਹਿੰਦੇ ਇਹ ਤੇਰਾ ਧਾਗਾ ਜਿਹੜਾ ਹੈ ਉਹਨਾਂ ਨੂੰ ਰੋਕ ਤਾਂ ਸਕਦਾ ਨਹੀਂ ਉਸ ਚੀਜ਼ਾਂ ਨੂੰ ਕਰਮ ਕਰਨ ਤੋਂ। ਇਸ ਕਰਕੇ ਇਹਨਾਂ ਨਾਲ ਇਹਦਾ ਕੋਈ ਸੰਬੰਧ ਨਹੀਂ। ਭਲਕੇ ਹਰ ਰੋਜ਼, ਭਲਕੇ ਥੁੱਕ ਪਵੇ ਨਿਤ ਦਾੜੀ, ਭਾਵ ਹਰ ਰੋਜ਼ ਉਹ ਬੇਇੱਜ਼ਤ ਹੁੰਦੇ ਨੇ। ਤਗ ਨਾ ਪੈਰੀ ਤਗ ਨਾ ਹੱਥੀ। ਤਗ ਨਾ ਪੈਰੀ ਤਗ ਨਾ ਹੱਥੀ। ਤਗ ਨਾ ਜੇਬਾ ਤਗ ਨਾ ਅੱਖੀ। ਤਗ ਨਾ ਪੈਰੀ ਤਗ ਨਾ ਹੱਥੀ। ਕਹਿੰਦੇ ਇਹ ਧਾਗਾ ਜਿਹੜਾ ਰੋਕ ਜਿਹੜੀ ਨਾ ਤੇ ਪੈਰਾਂ ਤੇ ਲਾ ਸਕਿਆ, ਭੈੜੇ ਪਾਸੇ ਨੂੰ ਜਾਣ ਨੂੰ ਰੋਕ ਸਕਿਆ, ਨਾ ਹੀ ਹੱਥਾਂ ਨਾਲ ਵਿਕਰਮ ਕਰਨ ਤੋਂ, ਚੋਰੀ ਕਰਨ ਤੋਂ, ਰਿਸ਼ਵਤਾਂ ਲੈ। ਮੇਰੇ ਰਾਮ ਹਮ ਬਾਰਕ ਹਰ ਪ੍ਰਭ ਕੇ ਹੈ ਇਹ ਆਣੇ। ਹਮ ਬਾਰਕ ਹਰ ਪ੍ਰਭ ਕੇ ਹੈ ਇਹ ਆਣੇ।